ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਨਚਾਬਦਾ ਹੈ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਤਿਰੰਗੇ ਦਾ ਮਹੱਤਵ ਦੱਸਣਾ ਚਾਹੁੰਦੀ ਏ। ਭਾਜਪਾ ਦੇ ਇਤਿਹਾਸ 'ਚ ਹੋਇਆ ਹੈ ਕਿ ਹਮੇਸ਼ਾ ਜਦ ਲੋਕਤੰਤਰ ਦਾ ਘਾਣ ਹੁੰਦਾ ਹੈ ਔਰ ਲੋਕ ਖੜੇ ਹੁੰਨੇ ਆ ਤਾਂ ਭਾਜਪਾ ਵੱਲੋਂ ਤਿਰੰਗਾ ਯਾਤਰਾ ਕੱਢੀ ਜਾਂਦੀ ਹੈ ਤੇ ਅੱਜ ਆਮ ਆਦਮੀ ਪਾਰਟੀ ਪੰਜਾਬ 'ਚ ਕੱਢ ਰਹੀ ਹੈ। ਪੰਜਾਬ ਨੂੰ ਦੱਸ ਰਹੀ ਤਿਰੰਗੇ ਦਾ ਮਹੱਤਵ ਜਿਹੜੇ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਨੈਸ਼ਨਲ ਫਲੈਗ ਤਿਰੰਗੇ ਵਾਸਤੇ ਕਿ ਬ੍ਰਿਟਿਸ਼ ਆਰਮੀ ਤੋਂ ਲੈ ਕੇ ਵੱਡੇ ਵੱਡੇ ਦੇਸ਼ਾਂ ਨੇ ਕਹਿੰਦੇ ਆ ਜੇ ਸਾਡੇ ਕੋਲ ਸਿੱਖ ਰੈਜੀਮੈਂਟ ਹੁੰਦੀ ਸਾਡੇ ਕੋਲ ਪੰਜਾਬ ਰੈਜੀਮੈਂਟ ਹੁੰਦੀ ਸਾਡੇ ਕੋਲ ਜਾਟ ਰੈਜੀਮੈਂਟ ਹੁੰਦੀ ਅਸੀਂ ਬਿਸ਼ਪ ਤੇ ਰਾਜ ਕਰ ਸਕਦੇ ਸੀਗੇ ਸੋ ਇਹ ਦੱਸਣਗੇ ਪੰਜਾਬੀਆਂ ਨੂੰ ਤਿਰੰਗੇ ਦਾ ਮਹੱਤਵ ભગવંતમાન જરૂર ਵਿੱਚ کھڑے ਨੇ ਪਰ ਉਹਨਾਂ ਦੇ ਚਿਹਰੇ ਤੇ ਉਹ رونق ਨਹੀਂ ਹੈ ਜੋ باقی تینا ਦਿੱਲੀ ਵਾਲਿਆਂ ਤੇ ہے۔ ਦੇਖੋ ਮੈਂ ਤਾਂ ਕਹੂੰਗਾ ਭਗਵੰਤ ਮਾਨ ਇੱਕ ਫੋਕਾ ਲੀਡਰ ਹੈ। ਓਪਨ ਕਹੂੰਗਾ ਉਹਦੇ ਭਗਤਾਂ ਨੂੰ ਤਕਲੀਫ ਹੁੰਦੀ ਹੋਣ ਦੋ। ਉਹਨੂੰ ਪੰਜਾਬ ਲਈ ਖੜਨਾ ਚਾਹੀਦਾ ਸੀਗਾ ਕਿਉਂਕਿ ਉਹ ਪੰਜਾਬ ਦੇ ਲੀਡਰਾਂ ਚ ਨਾ दम ਨਹੀਂ ਹੈਗਾ ਆਮ ਆਦਮੀ ਪਾਰਟੀ ਦੀਆਂ ਚ ਕਿ ਉਹ ਦਿੱਲੀ ਵਾਲਿਆਂ ਨੂੰ ਦੱਸ ਸਕਣ ਕਿ ਇਹ ਤਿਰੰਗੇ ਵਾਸਤੇ ਅਸੀਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਪਰ ਉਹ ਦਿੱਲੀ ਦੇ ਲੀਡਰਾਂ ਦੇ ਅੰਨੇ ਕੇ ਜਨ ਤਲਵੇ ਚੱਟ ਰਹੇ ਆ ਤੇ ਉਹਨਾਂ ਵਾਸਤੇ ਪੰਜਾਬ ਨੂੰ ਕੁਰਬਾਨ ਕਰਨ ਨੂੰ ਤਿਆਰ ਬੈਠੇ ਆ ਕਿ ਪੰਜਾਬ ਇਹ ਨਹੀਂ ਸੋਚ ਰਿਹਾ ਕਿ ਪੰਜਾਬ ਨੂੰ ਨਹੀਂ ਪਤਾ ਕਿ ਪੰਜਾਬ ਇਹ ਨਹੀਂ ਸਮਝ ਰਿਹਾ ਕਿ ਇੱਕ ਮਾਫੀ ਮੰਗ ਕੇ ਭੱਜਣ ਵਾਲਾ ਛੋਟੇ ਜਿਹੇ ਕੇਸ ਤੋਂ ਉਹ ਫਿਰਦਾਰ ਭਗਤ ਸਿੰਘ ਦੇ ਗਾਣੇ ਨੂੰ ਲਾ ਕੇ ਤੁਹਾਨੂੰ ਕਿਹੜੀ ਕ੍ਰਾਂਤੀ ਕਿਹੜੀ ਆਜ਼ਾਦੀ ਦਿਵਾਊਗਾ ਤਾਂ ਤੁਸੀਂ ਦੇਖ ਲਿਆ ਮੋਦੀ ਸਾਹਿਬ ਦਾ ਕੀ ਹਾਲ ਕੀਤਾ 1 ਸਾਲ ਚ ਲੋਕਾਂ ਨੇ ਤੁਸੀਂ ਦੇਖ ਲਿਆ ਕੀ ਹਾਲ ਹੋਇਆ ਬੀਜੇਪੀ ਦੇ ਐਮਐਲਏ ਦਾ ਪੰਜਾਬ ਚਰ ਹਰਿਆਣੇ ਚ ਭਾਈ ਬਾਕੀ ਪੰਜਾਬ ਹੈ ਇਹ ਜਦ ਤੱਕ ਛੇੜੋਗੇ ਨਹੀਂ ਤੁਹਾਡੇ ਆਪਣੇ ਹੈ ਜਿੱਦਣ ਛਿੜਗੇ ਤੁਹਾਨੂੰ ਦਿੱਲੀ ਤੱਕ ਛੱਡ ਕੇ ਆਣਗੇ अरविंद केजरीवाल ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਇੰਜ ਜਾਪਦਾ ਹੈ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਤਿਰੰਗੇ ਦਾ ਮਹੱਤਵ ਦੱਸਣਾ ਚਾਹੁੰਦੀ ਹੈ ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਇਸ ਬਾਰੇ ਤੇ ਹੋਰ ਮੁੱਦਿਆਂ ਦੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਸਦबीर ਸਿੰਘ ਵਾਲੀ ਸਭ ਤੋਂ ਪਹਿਲਾਂ ਸਵਾਗਤ ਕਰਾਂਗੀ ਵਾਲੀ ਸਾਹਿਬ ਬਹੁਤ ਸਵਾਗਤ ਹੈ ਤੇ ਖਬਰਸਾਰ ਤੇ ਥੈਂਕ ਯੂ ਠਾਕੁਰ ਸਾਹਿਬ ਤੇ ਸੱਚੀ ਗੱਲ ਤੁਹਾਨੂੰ ਤੇ ਤੁਹਾਡੇ ਸਾਰੇ ਫਿਰੋਤਿਆਂ ਨੂੰ ਜੀ ਵਨੀ ਸਾਹਿਬ ਤਿਰੰਗਾ ਯਾਤਰਾ ਕੱਢੀ ਗਈ ਹੈ ਅਰਵਿੰਦ ਕੇਜਰੀਵਾਲ ਹੁਣਾ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਤਿਰੰਗਾ ਯਾਤਰਾ ਕੀ ਉਹ ਮਹੱਤਵ ਸਮਝਾਉਣਾ ਚਾਹੁੰਦੇ ਨੇ ਪੰਜਾਬੀਆਂ ਨੂੰ ਤਿਰੰਗੇ ਦੇ ਦੇਖੋ ਮੈਂ ਤਾਂ ਹੀ ਵਾਰ-ਵਾਰ ਕਹਿੰਦਾ ਕਿ ਇਹ ਜਿਹੜੇ ਦਿੱਲੀੋਂ ਆਏ ਜਿਹੜੇ ਲੁਟੇਰੇ ਨੇ ਮੈਂ ਲੁਟੇਰਾ ਵਰਡ ਇਸ ਕਰੂੰਗਾ ਇਹ ਦਿੱਲੀ ਵਾਲੇ ਆ ਦਿੱਲੀੋਂ ਆਏ ਸੀਜ਼ਨਲ ਲੁਟੇਰੇ ਨੇ ਇਹਨਾਂ ਨੂੰ ਪੰਜਾਬ ਦਾ ਹਿਸਟਰੀ ਉਹ ਨਹੀਂ ਪਤਾ ਇਤਿਹਾਸ ਹੀ ਨਹੀਂ ਪਤਾ ਭਗਵੰਤ ਮਾਨ ਵਿੱਚ ਖੜਾ ਸੀਗਾ ਉਹ ਤਾਂ ਦੱਸ ਸਕਦਾ ਪਰ ਉਹਨੂੰ ਕਿਆ ਕਰੇ ਵਿਚਾਰਾਂ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਜ਼ਿਆਦਾ ਪਿਆਰੀ ਹੈ ਦੇਖੋ ਪੰਜਾਬ ਦਾ ਇਤਿਹਾਸ ਕੀ ਤੁਸੀਂ ਸਾਰਾ ਗੀੜੀ ਦੇਖਿਆ ਸਾਰਾ ਗੀੜੀ ਦੀ ਲੜਾਈ ਜਿਹੜੀ ਪੰਜਾਬੀਆਂ ਦਾ ਇਤਿਹਾਸ ਉਹ ਦੇਖ ਲਓ 71 ਦੀ 65 ਦੀਆਂ ਲੜਾਈਆਂ ਦੇਖ ਲਓ ਕਾਰਗਿਲ ਲੜਾਈ ਦੇਖ ਲਓ ਅੱਜ ਸਾਡੇ ਪੰਜਾਬ ਚੋਂ ਹਰ ਪਿੰਡ ਚੋਂ ਘੱਟੋ ਘੱਟ 10 ਤੋਂ 12 ਮੁੰਡੇ ਜਿਹੜੇ ਆ 10 ਤੋਂ 12 ਲੋਕ ਫੌਜ ਨੇ ਅੱਜ ਜੇ ਚਾਈਨਾ ਬਾਰਡਰ ਜੇ ਪਾਕਿਸਤਾਨ ਬਾਰਡਰ ਮਹਫੂਜ਼ ਹੈ ਉਹ ਪੰਜਾਬ ਹਰਿਆਣਾ ਦਾ ਕਿਉਂਕਿ ਪਹਿਲਾਂ ਜੁਆਇੰਟ ਪੰਜਾਬ ਹੁੰਦਾ ਸੀਗਾ ਤੇ ਪੰਜਾਬ ਹਰਿਆਣਾ ਦਾ ਜਿਹੜਾ ਯੂਥ ਹੈ ਜਿਹੜੇ ਯੂਥ ਨੂੰ ਪੰਜਾਬ ਵਾਲੇ ਨੂੰ ਨਿਸ਼ੇੜੀ ਵੀ ਕਹਿੰਦੇ ਨੇ ਆਮ ਆਦਮੀ ਪਾਰਟੀ ਵਾਲੇ ਉਹ ਯੂਥ ਉਹ ਲੋਕ ਜਿਹੜੇ ਨੇ ਸਾਡੇ ਯੋਧੇ ਉਹ ਪੰਜਾਬ ਦੇ ਬਾਰਡਰਾਂ ਤੇ ਬੈਠੇ ਨੇ ਪਾਕਿਸਤਾਨ ਤੇ ਚਾਈਨਾ ਦੇ ਤਾਂ ਹੀ ਅੱਜ ਅਸੀਂ ਗੁੜੀ ਨੀਂਦ ਰਾਤ ਨੂੰ ਸੌ ਸਕਦੇ ਹਾਂ ਨਾਲ ਉਹ ਤੋਂ ਸ਼ਹੀਦियां ਜਿਹ ਅੱਜ ਦੇਸ਼ ਆਜ਼ਾਦ ਹੋਇਆ ਹਮੇਸ਼ਾ ਕੋਈ ਵੀ ਅੰਦੋਲਨ ਨਿਕਲਿਆ ਪੰਜਾਬ ਤੋਂ ਨਿਕਲਿਆ ਜੇ ਸਾਡਾ ਦੇਸ਼ ਆਜ਼ਾਦ ਹੋਇਆ ਤਾਂ 80% ਕੁਰਬਾਨੀਆਂ ਪੰਜਾਬੀਆਂ ਦੀਆਂ ਰਹੀਆਂ। ਜੇ ਸਾਡੇ ਦੇਸ਼ 'ਚ ਸਭ ਤੋਂ ਵੱਡ ਕੈਦਾਂ ਜਿਹੜੀਆਂ ਕੈਦ ਜਿਹੜੀ ਹੈਗੀ ਆ ਦੇਸ਼ ਦੀ ਆਜ਼ਾਦੀ 'ਚ ਪੰਜਾਬੀਆਂ ਨੇ ਕੱਟੀਆਂ। ਕਾਲੇ ਪਾਣੀ 'ਚ ਜਿਹੜੀਆਂ ਸਜ਼ਾਵਾਂ ਕੱਟੀਆਂ ਸਭ ਤੋਂ ਵੱਧ ਪੰਜਾਬੀਆਂ ਨੇ ਕੱਟੀਆਂ। ਤੇ ਬੰਡਿਆ ਕੌਣ ਗਿਆ? 1947 ਦੀ ਬੰਡ 'ਚ ਪੰਜਾਬ ਵੰਡਿਆ ਗਿਆ। ਉਹ ਤਸ਼ੱਦਦ ਉਹ ਘਾਣ ਜਿਹੜਾ ਹੋਇਆ ਉਹ ਪੰਜਾਬ ਦਾ ਹੋਇਆ। ਇਹ ਸਾਨੂੰ ਪੰਜਾਬ ਦਾ ਇਤਿਹਾਸ ਦੱਸਣਗੇ ਸੋ ਤਿਰੰਗੇ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਤਿਰੰਗੇ ਵਾਸਤੇ ਹਰ ਇੱਕ ਪੰਜਾਬੀ ਜਿਹੜਾ ਉਹ ਸੀਨਾ ਤਾਣ ਕੇ ਖੜਾ ਉਹਦੀ ਆਣ-ਬਾਨ ਤੇ ਸ਼ਾਨ ਵਾਸਤੇ ਤੇ ਹਰ ਇੱਕ ਪੰਜਾਬੀ ਇਹ ਸਾਡਾ ਇਤਿਹਾਸ ਬੋਲ ਰਿਹਾ ਹੈ ਹਰ ਇੱਕ ਮਹੀਨੇ ਜਾਂ ਡੇਢ ਮਹੀਨੇ ਚ ਇੱਕ ਅੱਧੇ ਪੰਜਾਬੀ ਦੀ ਸ਼ਹੀਦੀ ਪ੍ਰਾਪਤ ਹੁੰਦਾ ਹੈ ਤੇ ਉਸੀ ਸਾਡੀ ਆਣ-ਬਾਨ ਸ਼ਾਨ ਤਿਰੰਗੇ ਚ ਲੀ ਪਟਕੇ ਪੰਜਾਬ ਚ ਉਹਦੀ ਡੈੱਡ ਬੋਡੀ ਆਉਂਦੀ ਹੈ ਇਹ ਹੈ ਸਾਡੇ ਪੰਜਾਬ ਦਾ ਇਤਿਹਾਸ ਇਹ ਦਿੱਲੀ ਵਾਲੇ ਲੋਕ ਦੱਸਣਗੇ ਮੈਂ ਪੁੱਛਣਾ ਚਾਹਨਾ ਹੈ ਆਮ ਆਦਮੀ ਪਾਰਟੀ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਪਿਛਲੇ 5 ਸਾਲ ਦਾ ਇਹਨਾਂ ਦੀ ਸਰਕਾਰ ਦਾ ਡਾਟਾ ਕੱਢ ਕੇ ਦੇ ਦਿਓ ਕਿ ਕਿੰਨੀਆਂ ਕਿਸ਼ਿਦਿਆਂ ਪ੍ਰਾਪਤ ਕੀਤੀਆਂ ਦਿੱਲੀ ਵਾਲੇ ਲੋਕਾਂ ਨੇ ਇਹ ਦੱਸਣਗੇ ਸਾਨੂੰ ਪੰਜਾਬ ਦਾ ਇਤਿਹਾਸ ঠাকুরਵਾਜੀ ਖੋਰ ਬੜੀ ਹੈਰਾਨੀ ਦੀ ਗੱਲ ਹੋਈ ਪਹਿਲਾਂ ਤਾਂ ਤਿਰੰਗਾ ਯਾਤਰਾ ਜਿਹੜੀ ਤੁਸੀਂ ਇਤਿਹਾਸ ਤਿਰੰਗਾ ਯਾਤਰਾ ਦੇਖਿਆ ਹੋਊਗਾ ਸਾਡੇ ਦੇਸ਼ ਦਾ ਆਣ-ਬਣ ਸ਼ਾਂਤ ਰੰਗਾ ਹੈ ਤੇ ਉਹਦੇ ਬਾਰੇ ਕੋਈ ਐਸੇ ਕਮੈਂਟ ਆਪਾਂ ਨਹੀਂ ਕਰ ਸਕਦੇ ਪਰ ਜੇ ਇਤਿਹਾਸ ਦੇਖੀਏ ਪਿਛਲੇ 2014 ਤੋਂ ਤਿਰੰਗਾ ਯਾਤਰਾ ਦਾ ਉਹ ਭਾਜਪਾ ਦਾ ਜਿਵੇਂ ਭਾਜਪਾ ਆਪਣੇ ਆਪ ਨੂੰ ਹਮੇਸ਼ਾ ਰਾਸ਼ਟਰਵਾਦੀ ਪਾਰਟੀ ਤੇ ਬਾਕੀ ਸਭ ਨੂੰ ਗੱਦਾਰ ਕਹਿਣ ਦੀ ਕੋਸ਼ਿਸ਼ ਕਰਦੀ ਹੈ ਤਾਂ ਹਮੇਸ਼ਾ ਜਦੋਂ ਕਟੜਾ ਗੈਂਗ ਰੇਪ ਸਾਡੀ ਇੱਕ ਛੋਟੀ ਮਾਸੂਮ ਬੱਚੀ ਨਾਲ ਹੋਇਆ ਤਾਂ ਭਾਜਪਾ ਦੇ ਐਮਐਲਏ ਵਿਧਾਇਕ ਤਿਰੰਗਾ ਯਾਤਰਾ ਕੱਢਦੇ ਆ ਉਸ ਗੈਂਗ ਰੇਪ ਦੇ ਦੋਸ਼ੀਆਂ ਦੇ ਹੱਕ 'ਚ ਜਦੋਂ ਸੀਏ ਵਰਗਾ ਕਾਲਾ ਕਾਨੂੰਨ ਦੇਸ਼ 'ਚ ਲਾਗੂ ਹੁੰਦਾ ਹੈ ਪੂਰਾ ਦੇਸ਼ ਪ੍ਰੋਟੈਸਟ ਕਰਦਾ ਉਹਦੇ ਖਿਲਾਫ ਤਾਂ ਉਸ ਟਾਈਮ ਤਿਰੰਗਾ ਯਾਤਰਾ ਭਾਜਪੀ ਵੱਲੋਂ ਕੱਢੀ ਜਾਂਦੀ ਹੈ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਕਾਊਂਟਰ ਕਰਨ ਵਾਸਤੇ ਸਾਡਾ ਕਿਸਾਨ ਅੰਦੋਲਨ ਜਿਸ ਫਾਡੇ ਸਾਥੋਂ ਤੇ ਸ਼ਹੀਦੀਆਂ ਹੋ ਗਈਆਂ ਜਿਸ 'ਚ ਮੈਕਸਿਮਮ ਨੰਬਰ ਪੰਜਾਬ ਦਾ ਹੈ ਪੰਜਾਬ ਬਾਗੀ ਹੋਇਆ ਅੰਦੋਲਨ ਸ਼ੁਰੂ ਹੋਇਆ ਪੂਰੇ ਦੇਸ਼ 'ਚ ਗਿਆ ਤੇ ਸ਼ਹੀਦੀਆਂ ਸਭ ਤੋਂ ਵੱਧ ਉਸ ਅੰਦੋਲਨ 'ਚ ਵੀ ਪੰਜਾਬ ਨੇ ਪਾਈਆਂ ਸੋ ਉਹ ਜਿਹੜੀ ਆਮ ਆਦਮੀ ਪਾਰਟੀ ਦਾ ਤੁਸੀਂ ਆਪਾਂ ਹੁਣ ਗੱਲ ਕਰਦੇ ਕਿ ਬੀਜੇਪੀ ਦੇ ਤਿਰੰਗਾ ਯਾਤਰਾ ਕੱਢਦੀ ਉਹ ਕਿਸਾਨ ਅੰਦੋਲਨ ਦੇ ਖਿਲਾਫ ਤਿਰੰਗਾ ਯਾਤਰਾ ਕੱਢੀ ਗਈ ਬੀਜੇਪੀ ਵੱਲੋਂ ਸੋ ਇਹ ਹੁਣ ਇਹਦਾ ਮਤਲਬ ਜੋ ਮੈਂ ਕਹਿੰਦਾ ਰਿਹਾ ਉਹ ਸੱਚ ਹੈ ਕਿ ਆਮ ਆਦਮੀ ਪਾਰਟੀ ਵੀ ਬੀਜੇਪੀ ਦੇ ਤਰਫ਼ ਤੇ ਚੱਲ ਪਈ ਹੈ ਆਮ ਆਦਮੀ ਪਾਰਟੀ ਵੀ ਉਸ ਬੀਜੇਪੀ ਦੇ ਪੈਟਰਨ ਦੇ ਤਿਰੰਗਾ ਯਾਤਰਾ ਕੱਢ ਰਹੀ ਹੈ ਇਹਦਾ ਮਤਲਬ ਇਹ ਸਮਝਿਆ ਜਾਵੇ ਕਿ ਆਮ ਆਦਮੀ ਪਾਰਟੀ ਵੀ ਪੰਜਾਬਤ ਕਿਹਦੇ ਖਿਲਾਫ ਤਿਰੰਗਾ ਯਾਤਰਾ ਕੱਢ ਰਹੀ ਹੈ ਕਿਉਂਕਿ ਹੁਣ ਤੱਕ ਤਾਂ ਇਹੀ ਬੀਜੇਪੀ ਦੇ ਇਤਿਹਾਸ ਚ ਹੋਇਆ ਹੈ ਕਿ ਹਮੇਸ਼ਾ ਜਦ ਲੋਕਤੰਤਰ ਦਾ ਘਾਣ ਹੁੰਦਾ ਹੈ ਔਰ ਲੋਕ ਖੜੇ ਹੁੰਨੇ ਆ ਤਾਂ ਬੀਜੇਪੀ ਵੱਲੋਂ ਤਿਰੰਗਾ ਯਾਤਰਾ ਕੱਢੀ ਜਾਂਦੀ ਹੈ ਤੇ ਅੱਜ ਆਮ ਆਦਮੀ ਪਾਰਟੀ ਪੰਜਾਬ ਚ ਕੱਢ ਰਹੀ ਹੈ ਪੰਜਾਬ ਨੂੰ ਦੱਸ ਰਹੀ ਤਿਰੰਗੇ ਦਾ ਮਹੱਤਵ ਜਿਹੜੇ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਨੈਸ਼ਨਲ ਫਲੈਗ ਤਿਰੰਗੇ ਵਾਸਤੇ ਪੰਜਾਬ ਤਾਂ ਪੂਰੇ ਵਿਸ਼ਵ ਨੂੰ ਦੱਸ ਰਿਹਾ ਹੈ ਕਿ ਤਿਰੰਗੇ ਦਾ ਮਹੱਤਵ ਪੰਜਾਬ ਵਾਸਤੇ ਕੀ ਹੈ ਪੂਰਾ ਵਿਸ਼ਵ ਤਾਂ ਨੂੰ ਯਾਦ ਹੋਏਗਾ ਕਿ ਬ੍ਰਿਟਿਸ਼ ਆਰਮੀ ਤੋਂ ਲੈ ਕੇ ਵੱਡੇ ਵੱਡੇ ਦੇਸ਼ਾਂ ਨੇ ਕਹਿੰਦੇ ਆ ਜੇ ਸਾਡੇ ਕੋਲ ਸਿੱਖ ਰੈਜੀਮੈਂਟ ਹੁੰਦੀ ਸਾਡੇ ਕੋਲ ਪੰਜਾਬ ਰੈਜੀਮੈਂਟ ਹੁੰਦੀ ਸਾਡੇ ਕੋਲ ਜਾਟ ਰੈਜੀਮੈਂਟ ਹੁੰਦੀ ਅਸੀਂ ਬਿਸ਼ਪ ਤੇ ਰਾਜ ਕਰ ਸਕਦੇ ਸੀਗੇ ਸੋ ਇਹ ਦੱਸਣਗੇ ਪੰਜਾਬੀਆਂ ਨੂੰ ਤਿਰੰਗੇ ਦਾ ਮਹੱਤਵ ਇਹ ਸਾਰਾ ਰਾਜਨੀਤਿਕ ਸਟੰਟ ਹੈ 4 ਸਾਲ ਇਹ ਭੱਜੇ ਰਹੇ ਤੇ ਹੁਣ ਆ ਕੇ ਡਰਾਮੇਬਾਜ਼ੀਆਂ ਕਰ ਰਹੇ ਆ ਮੈਂ ਸਿੱਧਾ ਕਹੂੰਗਾ ਓਪਨ ਦੋਛ ਲਾਉਂਗਾ ਆਮ ਆਦਮੀ ਪਾਰਟੀ ਤੇ ਇਹ ਪੰਜਾਬ ਨੂੰ ਜਿਵੇਂ ਭਾਜੀਪੀ ਦੇਸ਼ ਨੂੰ ਦੋ ਧਰਮਾਂ ਚ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਠਾਨਕੋਟ ਤੋਂ ਜਿਹੜਾ ਤਿਰੰਗਾ ਯਾਤਰਾ ਸ਼ੁਰੂ ਕਰਨ ਦਾ ਕਿਉਂਕਿ ਸਾਡਾ Hindu ਭਾਈਚਾਰਾ ਉੱਥੇ ਰਹਿੰਦਾ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਸਾਡੇ ਪੰਜਾਬ ਚ ਵੰਡ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਯਾਤਰਾ ਦੇ ਥਰੂ ਦੂਜੀ ਖੋਰ ਮੈਂ ਗੱਲ ਦੱਸਦਾ ਮੈਨੂੰ ਤਰਸਪੀ ਆਂਦਾ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇੱਕ ਕ੍ਰਾਂਤੀਕਾਰੀਆਂ ਦੀ ਪਾਰਟੀ ਹੈ ਇਹ ਅੰਦੋਲਨ ਚੋਂ ਨਿਕਲੀ ਕ੍ਰਾਂਤੀਕਾਰੀਆਂ ਦੀ ਪਾਰਟੀ ਹੈ ਕਦੀ ਅਸੀਂ ਵੀ ਅੰਧ ਭਗਤ ਬਣ ਗਏ ਸੀ ਇਹ ਜੇ ਫਰਜ਼ੀ ਕ੍ਰਾਂਤੀਕਾਰੀਆਂ ਦੇ ਹੁਣ ਨਿਕਲਿਆ ਏ ਅੱਜ ਮੈਨੂੰ ਲੱਗਦਾ ਪੰਜਾਬ ਪਰਿਵਾਰੀ ਜਰਨੈਲ ਸਿੰਘ ਦੀ ਕ੍ਰਾਂਤੀ ਜਿਹੜੀ ਹੈ ਉਹ ਤਾਂ ਮੈਨੂੰ ਲੱਗਦਾ ਕਿਤੇ ਖੁੰਝੇ ਖਾਂਝੇ ਲਾਤੀ ਇਹਨਾਂ ਨੇ ਕਿਤੇ ਜਰਨੈਲ ਸਿੰਘ ਨਜ਼ਰ ਨਹੀਂ ਆਏ ਨਹੀਂ ਇਸ ਤਿਰੰਗਾ ਯਾਤਰਾ ਦੀ ਅਗਵਾਈ ਵੀ ਅਰਵਿੰਦ ਕੇਜਰੀਵਾਲ ਕਰ ਰਹੇ ਨਹੀਂ ਮਨੀਸ਼ ਸਿਸੋਦੀਆ ਕਰ ਰਹੇ ਨਹੀਂ ਰਾਗਵ ਚੱਡਾ ਕਰ ਰਹੇ ਨਹੀਂ ਭਗਵੰਤ ਮਾਨ ਜ਼ਰੂਰ ਵਿੱਚ ਖੜੇ ਨੇ ਪਰ ਉਹਨਾਂ ਦੇ ਚਿਹਰੇ ਤੇ ਉਹ ਰੌਣਕ ਨਹੀਂ ਹੈ ਜੋ ਬਾਕੀ ਤਿੰਨਾਂ ਦਿੱਲੀ ਵਾਲਿਆਂ ਤੇ ਹੈ ਦੇਖੋ ਮੈਂ ਤਾਂ ਕਹੂੰਗਾ ભગવંતમાન ਇੱਕ ફોકા લીડર ਐ ઓપન કહુંਗਾ ਉਹਦੇ ਭਗਤਾਂ ਨੂੰ તકલીફ ਹੁੰਦੀ ਹੁਣ ਦੋ ਉਹਨੂੰ ਪੰਜਾਬ ਲਈ ਖੜਨਾ ਚਾਹੀਦਾ ਸੀਗਾ ਅੱਜ ਉਹ ਦਿੱਲੀ ਵਾਲਿਆਂ ਦੇ ਵਿੱਚ ਖੜਾ ਜਾ ਕੇ ਤਿੰਨੋਂ મુਰੇ ਦਿੱਲੀ ਦੇ ਲੀਡਰ ਨੇ ਵਿੱਚ ਭਗਵંતમાન ਹਰਪਾਲ ચીਮਾ ਬਾਰ-ਬਾਰ ਆਮ ਆਦਮੀ ਪਾਰਟੀ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਐਸਸੀਐਫਟੀ ਕਿਉਂਕਿ ਮੈਂ ਕੋਈ ਸਮਾਜ ਨੂੰ ਕਿਸੇ ਹਿੱਸੇ 'ਚ ਵੰਡਣਾ ਨਹੀਂ ਚਾਹੁੰਦਾ ਸਾਰੇ ਇੱਕ ਬਰਾਬਰ ਨੇ ਹਰ ਇੱਕ ਜਾਤ ਧਰਮ ਇੱਕ ਬਰਾਬਰ ਹੈ ਪਰ ਹਰਪਾਲ ચીਮੇ ਨੂੰ ਐਸਸੀਐਫਟੀ ਇੱਕ ਦਲਿਤ ਕਹਿ ਕੇ ਐਲੋਬੀ ਲਾਇਆ ਗਿਆ ਅੱਜ ਪਿੱਛੇ ਉਹ ਵਿਚਾਰਾ ਇਸ ਤਰੀਕੇ ਨਾਲ ਖੜਾ ਕਿ ਸ਼ਾਇਦ ਮੇਰੀ ਮਾੜੀ ਮੋਟੀ ਨਜ਼ਰ ਨਾ ਗਰਦਨ ਨਜ਼ਰ ਆ ਜਾਵੇ ਕਿ ਮੈਂ ਵੀ ਖੜਾ ਪਿੱਛੇ ਦੂਜਾ ਕੁਮਰ ਵਿਜੇ ਪ੍ਰਤਾਪ ਜਿਹੜਾ ਆਪਾਂ ਨੂੰ ਪੰਜਾਬ ਦਾ ਸਿੰਘਮ ਕਹਿੰਦਾ ਸੀਗਾ ਉਹ ਵੀ ਅੱਜ ਭਿੱਗੀ ਬੱਲੀ ਬਿੱਲੀ ਬਣਿਆ ਹੋਇਆ ਉਹਨਾਂ ਦੇ ਪਿੱਛੇ ਉਹ ਭਾਈ ਜਿਹੜਾ ਆਪਣੇ ਆਪ ਨੂੰ ਇਮਾਨਦਾਰ ਕਹਿੰਦਾ ਸੀਗਾ ਪੰਜਾਬ ਦਾ ਸਿੰਘਮ ਕਹਿੰਦਾ ਇੱਕ ਤਰੰਗਾ ਉਹਦੇ ਹੱਥ 'ਚ ਫੜਾ ਦਿੰਦੇ ਮਤਲਬ ਉਹਨੂੰ ਵੀ ਖੁੱਡਣਾਂ ਲਾ ਕੇ ਪਿੱਛੇ ਖੜਾਇਆ ਹੋਇਆ ਖੈਰ ਉਹ ਇੱਕ ਤਰ੍ਹਾਂ ਦੇ ਜਿਹਨੂੰ ਆਪਾਂ ਕਹੀਏ ਉਹ ਲਾਇਕ ਵੀ ਹੈ ਸੀ ਚੀਜ਼ ਦੇ ਸੋ ਪਰ ਫੇਰ ਮੈਂ ਇੱਕ ਸ਼ਰਮ ਨਾਲ ਕਹਿਣਾ ਇਹ ਕਿ ਸਾਡਾ ਪੰਜਾਬ ਜਿਹੜਾ ਹਰ ਜਗ੍ਹਾ ਅੱਗੇ ਖੜਾ ਰਿਹਾ ਬਗਾਵਤਾਂ ਚ ਵੀ ਦੇਸ਼ ਦੀ ਇੱਜ਼ਤ ਵੀ ਹਰ ਕਿਤੇ ਉਹ ਪੰਜਾਬ ਦੇ ਲੀਡਰ ਅੱਜ ਦਿੱਲੀ ਵਾਲਿਆਂ ਦੇ ਖੁੱਡੇ ਲੈਣ ਲਾਏ ਹੋਏ ਨੇ ਖੁੰਜੇ ਲਾਏ ਹੋਏ ਨੇ ਖੁੰਜੇ ਲਾ ਕੇ ਦਿੱਲੀ ਵਾਲੇ ਅੱਗੇ ਖੜੇ ਸੀਗੇ ਕਿਉਂ ਕਿਉਂਕਿ ਉਹ ਪੰਜਾਬ ਦੇ ਲੀਡਰਾਂ ਚ ਨਾ ਦਮ ਨਹੀਂ ਹੈਗਾ ਆਮ ਆਦਮੀ ਪਾਰਟੀ ਦੀਆਂ ਚ ਕਿ ਉਹ ਦਿੱਲੀ ਵਾਲਿਆਂ ਨੂੰ ਦੱਸ ਸਕਣ ਕਿ ਇਹ ਤਿਰੰਗੇ ਵਾਸਤੇ ਅਸੀਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਪਰ ਉਹ ਦਿੱਲੀ ਦੇ ਲੀਡਰਾਂ ਦੇ ਅਨੇਕ ਜਿਹੇ ਤਲਵੇ ਚੱਟ ਰਹੇ ਆ ਤੇ ਉਹਨਾਂ ਵਾਸਤੇ ਪੰਜਾਬ ਨੂੰ ਕੁਰਬਾਨ ਕਰਨ ਨੂੰ ਤਿਆਰ ਬੈਠੇ ਆ ਵੱਲੀ ਸਾਬ ਬਾਰ ਬਾਰ ਇੱਕ ਗੀਤ ਆ ਆਮ ਆਦਮੀ ਪਾਰਟੀ ਦੀਆਂ ਇਦਾਂ ਦੀਆਂ ਰੈਲੀਆਂ ਦੇ ਵਿੱਚ ਜਾਂ ਜਦੋਂ ਵੀ ਅਰਵਿੰਦ ਕੇਜਰੀਵਾਲੇ ਆਣਾ ਹੋਵੇ ਇੱਕ ਸੁਣਨ ਨੂੰ ਮਿਲਦਾ ਹੈ ਮੇਰਾ ਰੰਗ ਦੀ ਬਸੰਤੀ ਚੋਲਾ ਮਾਈ ਰੰਗ ਦੀ ਬਸੰਤੀ ਚੋਲਾ ਸਾਨੂੰ ਯਾਦ ਹੈ ਪੰਜਾਬ ਉਹ ਧਰਤੀ ਹੈ ਜਿੱਥੋਂ ਭਗਤ ਸਿੰਘ ਵਰਗੇ ਯੋਧੇ ਹੋਏ ਨੇ ਜਿਨ੍ਹਾਂ ਨੇ ਸ਼ਹਾਦਤਾਂ ਲਈਆਂ ਨੇ ਦੇਸ਼ ਦੇ ਲਈ ਕੁਰਬਾਨ ਹੋਏ ਨੇ ਤੇ ਉਦੋਂ ਉਹਨਾਂ ਨੇ ਗੋਰੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਸ਼ਹਾਦਤ ਪਾਈ ਤੇ ਹੁਣ ਇੱਕ ਤਾਜ਼ਾ ਬਿਆਨ ਚੰਨੀ ਸਾਹਿਬ ਦਾ ਵੀ ਆਇਆ ਹੈ ਵੀ ਕਾਲੇ ਅੰਗਰੇਜ਼ ਤੇ ਮੇਰੇ ਖਿਆਲ ਕੇਜਰੀਵਾਲ ਸਾਹਿਬ ਇਸ ਨੂੰ ਕਿਸੇ ਹੋਰ ਪਾਸੇ ਤਾਂ ਨਹੀਂ ਲੈ ਕੇ ਜਾ ਰਹੇ ਇਸ ਮੁੱਦੇ ਨੂੰ ਕਿ ਗੋਰੇ ਅੰਗਰੇਜ਼ ਵਰਸਸ ਕਾਲੇ ਅੰਗਰੇਜ਼ ਇਹ ਪਹਿਲਾਂ ਵੀ ਕਈ ਵੱਡੇ ਵੱਡੇ ਲੀਡਰ ਇਸ ਗੱਲ ਨੂੰ ਬੋਲ ਚੁੱਕੇ ਨੇ ਸਭ ਤੋਂ ਪਹਿਲਾਂ ਤੁਸੀਂ ਸਰਦਾਰ ਭਗਤ ਸਿੰਘ ਸ਼ਹੀਦ ਭਗਤ ਸਿੰਘ ਦੇ ਗਾਣੇ ਦੀ ਗੱਲ ਕੀਤੀ ਰੰਗ ਦੇ ਬਸੰਤੀ ਚੋਲਾ ਦਾ ਸੋ ਇੱਥੋਂ ਇਹ ਨਜ਼ਰ ਆਉਂਦਾ ਹੈ ਕਿ ਕਿਵੇਂ ਇਹ ਸਾਨੂੰ ਯੂਜ਼ ਕਰਦੇ ਆਂ ਪਿੱਛੇ ਗਾਣਾ ਲੱਗਿਆ ਹੁੰਦਾ ਸਰਦਾਰ ਭਗਤ ਸਿੰਘ ਦਾ ਰੰਗ ਦੇ ਬਸੰਤੀ ਚੋਲਾ ਤੇ ਮੂਰੇ ਖੜਾ ਹੁੰਦਾ ਅਰਵਿੰਦ ਕੇਜਰੀਵਾਲ ਜਿਹੜਾ ਇੱਕ ਡੈਫਮੇਸ਼ਨ ਕੇਸ 'ਚ ਮਾਫੀ ਮੰਗ ਕੇ ਭੱਜ ਗਿਆ ਕੀ ਪੰਜਾਬ ਇਹ ਨਹੀਂ ਸੋਚ ਰਿਹਾ ਕਿ ਪੰਜਾਬ ਨੂੰ ਨਹੀਂ ਪਤਾ ਕਿ ਪੰਜਾਬ ਇਹ ਨਹੀਂ ਸਮਝ ਰਿਹਾ ਕਿ ਇੱਕ ਮਾਫੀ ਮੰਗ ਕੇ ਭੱਜਣ ਵਾਲਾ ਛੋਟੇ ਜਿਹੇ ਕੇਸ ਤੋਂ ਉਹ ਸਰਦਾਰ ਭਗਤ ਸਿੰਘ ਦੇ ਗਾਣੇ ਨੂੰ ਲਾ ਕੇ ਤੁਹਾਨੂੰ ਕਿਹੜੀ ਕ੍ਰਾਂਤੀ ਕਿਹੜੀ ਆਜ਼ਾਦੀ ਦਿਵਾਊਗਾ ਦੂਜੀ ਗੱਲ ਤੁਸੀਂ ਕਾਲੇ ਅੰਗਰੇਜ਼ ਕੋਲੇ ਅੰਗਰੇਜ਼ੀ ਦੀ ਗੱਲ ਕੀਤੀ ਦੇਖੋ ਇੱਕ ਇੱਕ ਲਤੀਫਾ ਇੱਕ ਆਮ ਚੀਜ਼ ਬੋਲੀ ਜਾਂਦੀ ਹੈ ਨਾ ਹਜ਼ਾਰਾਂ ਨੇ ਵੀ ਆਪਣੀ ਮੂਮੈਂਟ ਦੇ ਟਾਈਮ ਕਿਹਾ ਸੀਗਾ ਕਿ ਅਸੀਂ ਗੋਰਿਆਂ ਜੇ ਅੰਗਰੇਜ਼ ਚਲੇ ਗਏ ਹੁਣ ਕਾਲੇ ਅੰਗਰੇਜ਼ਾਂ ਤੋਂ ਮੁਲਕ ਨੂੰ ਛਡਾਣਾ ਹੈ ਸਾਡੇ ਕਿਸਾਨ ਲੀਡਰ ਵੀ ਬੋਲਦੇ ਰਹੇ ਮੈਂ ਖੁਦ ਸਿੰਘੂ ਬਾਰਡਰ ਤੇ ਇੱਕ ਸਪੀਚ ਦੇ ਕੇ ਆਇਆ ਹੁ ਉਸ ਚ ਮੈਂ ਇਹ ਕਿਹਾ ਵੀ ਸਾਡੀ ਲੜਾਈ ਕਾਲੇ ਅੰਗਰੇਜ਼ ਚਲੇ ਗਏ ਅਸੀਂ ਜਿਹੜਾ ਸਰਦਾਰ ਭਗਤ ਸਿੰਘ ਜੇ ਚਾਚਾ ਜੀ ਨੇ ਤੇ ਪਿਤਾ ਜੀ ਨੇ ਕਿਸਾਨ ਅੰਦੋਲਨ ਸ਼ੁਰੂ ਕੀਤਾ ਤੇ 9 ਮਹੀਨੇ ਉਹ ਲੜਾਈ ਲੜੀ ਗੋਰੇ ਅੰਗਰੇਜ਼ਾਂ ਤੋਂ ਤੇ ਸਾਡੀ ਲੜਾਈ ਕਾਲੇ ਅੰਗਰੇਜ਼ਾਂ ਦੇ ਖਿਲਾਫ ਹੈ ਮੈਂ ਫਿਰ ਉਹ ਕਹਿ ਰਿਹਾ ਕਿ ਅਰਵਿੰਦ ਕੇਜਰੀਵਾਲ ਇਹ ਆਮ ਆਦਮੀ ਪਾਰਟੀ ਇੱਕ ਪੀਆਰ ਏਜੰਸੀ ਹੈ ਇੱਕ ਐਡਰਟਾਈਜ਼ਮੈਂਟ ਏਜੰਸੀ ਹੈ ਇਹਨਾਂ ਦਾ ਧਰਾਤਲ ਤੇ ਕੁਝ ਲੈਣਾ ਦੇਣਾ ਨਹੀਂ ਹੈ ਫਿਰ ਐਡਰਟਾਈਜ਼ਮੈਂਟ ਕਰਦੀ ਹੈ ਉਹਨਾਂ ਨੇ ਸ਼ਬਦ ਵਿੱਚ ਕਾਲਾ ਫੜ ਲਿਆ ਕਿ ਜੀ ਅਰਵਿੰਦ ਕੇਜਰੀਵਾਲ ਉਹਨੂੰ ਪ੍ਰੋਪਗੈਂਡਾ ਕਰ ਰਿਹਾ ਇੱਕ ਪਬਲਿਕ ਸਿੰਪਥੀ ਗੇਨ ਕਰਨ ਵਾਸਤੇ ਕਹਿ ਰਿਹਾ ਜੀ ਮੇਰੇ ਕੋ ਕਾਲਾ ਬੋਲਦੀ ਆ ਇਹਦਾ ਮਤਲਬ ਜੇ ਅਰਵਿੰਦ ਕੇਜਰੀਵਾਲ ਦਾ ਰੰਗ ਗੋਰਾ ਹੁੰਦਾ ਤੇ ਫਿਰ ਉਹ ਐਂ ਕਹਿੰਦਾ ਮੈਨੂੰ ਅੰਗਰੇਜ਼ ਕਹਤਿਆ ਸੋ ਇਹ ਪਿਕ ਐਂਡ ਚੂਜ਼ ਜਿਹੜੀ ਚੀਜ਼ ਉਹਨੂੰ ਸੂਟ ਕਰਦੀ ਉਹ ਚਿੱਕੀ ਚੱਕ ਕੇ মিডিਏ ਦੇ ਬੋਲਣਾ ਸ਼ੁਰੂ ਕਰਦੇ ਆ ਪਰ ਇਹ ਜੋ ਮੈਂ ਕੋਈ ਕਾਂਗਰਸ ਦਾ ਨੁਮਾਇੰਦਾ ਨਹੀਂ ਹੈਗਾ ਜਾਂ ਕਾਂਗਰਸ ਦਾ ਸਮਰਥਕ ਨਹੀਂ ਹੈਗਾ ਪਰ ਮੈਂ ਇੱਕ ਪੰਜਾਬੀ ਆ ਜੇ ਚੰਨੀ ਨੇ ਇਹ ਚੰਨੀ ਨੇ ਇਹ ਚੰਨੀ ਸਾਹਿਬ ਨੇ ਗੱਲ ਕੀਤੀ ਕਾਲੇ ਅੰਗਰੇਜ਼ ਉਹਦਾ ਮਤਲਬ ਇਹ ਨਿਕਲਦਾ ਕਿ ਜਿਹੜਾ ਲੋਕਤੰਤਰ ਨੂੰ ਸੱਟ ਮਾਰ ਕੇ ਦੇਸ਼ ਨੂੰ ਪਾੜਨ ਦੀ ਗੱਲ ਕਰਦਾ ਹੈ ਉਹ ਕਾਲਾ ਅੰਗਰੇਜ਼ ਹੈ ਡਿਵਾਈਡ ਐਂਡ ਰੂਲ ਪਾਲਿਸੀ ਵਾਲਾ ਕਾਲਾ ਅੰਗਰੇਜ਼ ਹੈ ਜਿਹੜਾ ਪਠਾਨਕੋਟ ਤੋਂ ਅਜੇ ਅਰਵਿੰਦ ਕੇਜਰੀਵਾਲ ਨੇ ਡਿਵਾਈਡ ਐਂਡ ਰੂਲ ਹਿੰਦੂ ਪਾਈਚਾਰਾ ਦੀ ਵੋਟ ਨੂੰ ਇਨਕੈਸ਼ ਕਰਨ ਵਾਸਤੇ ਬੀਜੇਪੀ ਦੇ ਏਜੰਡੇ ਦੇ ਚੱਲਦੇ ਹੋਏ ਤਿਰੰਗਾ ਯਾਤਰਾ ਸ਼ੁਰੂ ਕੀਤੀ ਆ ਉਹ ਡਿਵਾਈਡ ਐਂਡ ਰੂਲ ਕਾਲੇ ਅੰਗਰੇਜ਼ਾਂ ਜਿਹੜੇ ਗੋਰੇ ਅੰਗਰੇਜ਼ ਕਰਦੇ ਸੀਗੇ ਇਹ ਅਰਵਿੰਦ ਕੇਜਰੀਵਾਲ ਵਾਲਕੇ ਕਾਲੇ ਅੰਗਰੇਜ਼ਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਜੋ ਭਾਜਪਾ ਵੀ ਕਰਦੀ ਹੈ ਲੇਕਿਨ ਇੱਕ ਇੱਕ ਚੀਜ਼ ਹੋਰ ਹੈ ਮੈਂ ਇੱਕ ਇੰਟਰਵਿਊ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਇੰਟਰਵਿਊ ਸੀ ਕਿਸੇ ਨਿੱਜੀ ਚੈਨਲ ਤੇ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਕਾਂਗਰਸ ਵਾਲੇ 2-3 ਸਾਡੇ ਵਿਧਾਇਕ ਲੈ ਕੇ ਇੰਨੇ ਖੁਸ਼ ਹੋ ਰਹੇ ਨੇ ਪੰਜਾਬ ਦੇ ਵਿੱਚ ਕਹਿੰਦੇ ਉਹਨਾਂ ਦਾ ਦਾ ਮੁੱਖ ਮੰਤਰੀ ਭੱਜ ਗਿਆ ਮੈਨੂੰ ਤਾਂ ਸਮਝ ਨਹੀਂ ਆਇਆ ਕਿ ਆਈਰਐਸ ਉਹਨੇ ਕਿਵੇਂ ਕਲੀਅਰ ਕਰ ਲਈ ਕਿ ਛੋਲੇ-ਛੁੱਲੇ ਦੇ ਕੇ ਤਾਂ ਨਹੀਂ ਪਾਸ ਹੋਇਆ ਤਾਂ 2-3 ਵਿਧਾਇਕ ਨਹੀਂ 6 ਤੋਂ 7 ਵਿਧਾਇਕ ਕਾਂਗਰਸ ਸ਼ਿਫਟ ਹੋਏ ਆ ਉਦੀ ਗਿਣਤੀ ਕਮਜ਼ੋਰ ਹੈ ਡਿਸਕਵਾਲਿਫਾਈ ਵੀ ਹੋਏ ਤਾਹੀਂ 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 ਦੋ ਡਿਸਕਵਾਲਿਫਾਈ ਹੋਏ ਨੇ ਤਾਹੀਂ ਦਿੱਲੀ ਦੇ 10ਵੇਂ ਸਕੂਲਾਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਥੱਲੇ ਜਾ ਰਿਹਾ ਹੈ ਕਿਉਂਕਿ ਇਹ ਹਜੇ ਪੜ੍ਹਾਉਂਦੇ ਆ ਇਹ ਆਪ ਤਾਂ ਪੜ੍ਹੇ ਲਿਖੇ ਹੁੰਦੇ ਕਿ ਆ ਇਹ ਜਿਵੇਂ ਲੱਗ ਰਿਹਾ ਹੈ ਤਿੰਨ ਗਿਣਤੀ ਨੂੰ ਪਤਾ ਕਿੰਨੇ ਵਿਧਾਇਕ ਉੜ ਗਏ ਤੇ ਫਿਰ ਤੁਸੀਂ ਗੱਲ ਕੀਤੀ ਜੀ ਉਹਨਾਂ ਨੇ ਸੀਐਮ ਦੀ ਗੱਲ ਵੀ ਸੀਐਮ ਉਹਨੂੰ ਇੰਟਰਵਿਊ ਕਿਹਾ ਉਹਨਾਂ ਨੇ ਕਿ ਜੀ ਉਹਨਾਂ ਦਾ ਤਾਂ ਕੈਪਟਨ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਹੈ ਉਹੀ ਭੱਜ ਗਿਆ ਮੈਂ ਕਰੈਕਟ ਕਰ ਦਮ ਆਰਵਿੰਦ ਕੇਜਰੀਵਾਲ ਨੂੰ ਭੱਜਿਆ ਨਹੀਂ ਆ ਕੱਢਿਆ ਗਿਆ ਉਹ ਉਹਨੂੰ ਕੱਢਿਆ ਗਿਆ ਕਿਹਾ ਜਾਂਦਾ ਜਿਵੇਂ ਤੁਸੀਂ ਪ੍ਰਸ਼ਾਂਤ ਭੂਸ਼ਨ ਨੂੰ ਕੱਢਿਆ ਜਿਵੇਂ ਤੁਸੀਂ ਸਰਦਾਰ ਸੋਚਾ ਸਿੰਘ ਛੋਟੇਪੁਰ ਵਰਗੇ ਇਮਾਨਦਾਰ ਲੀਡਰ ਨੂੰ ਕੱਢਿਆ ਜਿਵੇਂ ਤੁਸੀਂ ਸਰਦਾਰ ਸਕਪਾਲ ਸਿੰਘ ਖੈਰਾ ਨੂੰ ਕੱਢਿਆ ਉਵੇਂ ਕੈਪਟਨ ਨੂੰ ਕੱਢਿਆ ਗਿਆ ਛੱਡਿਆ ਨਹੀਂ ਕੈਪਟਨ ਨੇ ਤਾਂ ਇਹ ਕਰੈਕਟ ਕਰ ਲਵੇ ਆਮ ਆਦਮੀ ਪਾਰਟੀ ਇਹ ਮੈਂ ਉਹੀ ਕਹ ਰਿਹਾ ਪੀਆਰ ਏਜੰਸੀ ਆ ਇਹੇ ਤੁਸੀਂ ਮੈਂ ਅੱਜ ਦੇਖਿਆ ਇੱਕ ਮੈਂ ਹੋਰ ਸਟੇਟਮੈਂਟ ਤੁਹਾਨੂੰ ਦੱਸਦਾ ਬੜੀ ਹਾਸੇ ਵਾਲੀ ਸਟੇਟਮੈਂਟ ਮੈਨੂੰ ਬੜਾ ਤਰਸ ਵੀ ਆਦਾ ਆਮ ਆਦੀ ਪਾਰਟੀ ਦੇ ਭਗਤਾਂ ਤੇ ਜਿਹੜੇ ਕਮੈਂਟ ਵੀ ਕਰਦੇ ਨੇ ਕੇਜਰੀਵਾਲ ਨੇ ਕਿਹਾ ਸੀ ਕਿ ਕਾਂਗਰਸ ਦਾ ਕਚਰਾ ਜੋ ਹੈ ਹਮ ਨਹੀਂ ਲੇਂਗੇ ਪੰਜਾਬ ਮੈਂ ਉਹ ਇਸ ਕਰਕੇ ਕਿਹਾ ਸੀਗਾ ਕਿਉਂਕਿ ਕੋਈ ਜਾਣੇ ਨਹੀਂ ਚਾਹੁੰਦਾ ਇਹਨਾਂ ਵਾਲੇ ਕਾਂਗਰਸ ਜਾਣਾ ਚਾਹੁੰਦੇ ਕਾਂਗਰਸ ਵਾਲਾ ਉਹ ਨਹੀਂ ਆਣਾ ਚਾਹੁੰਦਾ ਤਾਂ ਕੇਜਰੀਵਾਲ ਕਦੀ ਮਿਲੇ ਤਾਂ ਉਹਨੂੰ ਪੁੱਛ ਲਿਓ ਕਿ ਚੰਡੀਗੜ੍ਹ ਦਾ 95% ਟਿਕਟਾਂ ਕਾਂਗਰਸ ਨੂੰ ਦਈਆਂ ਹੋਈਆਂ ਤੇ ਮਤਲਬ ਇਹਦਾ ਮਤਲਬ ਉਹ ਕਚਰੇ ਦੇ ਸਿਰ ਤੇ ਐਮਸੀਪੀ ਚੰਡੀਗੜ੍ਹ ਦੀ ਬਣਾਉਣਾ ਚਾ ਨਾਲੇ ਚੰਡੀਗੜ੍ਹ ਤਾਂ ਕੈਪੀਟਲ ਹੈ ਪੰਜਾਬ ਦੀ ਕੋਈ ਮਾੜਾ ਮੋਟਾ ਅੱਗੇ ਟੱਪ ਲਉਂਦੇ ਹਰਿਆਣਾ ਹੁਣਾਂ ਟੱਪ ਲਉਂਦੇ ਉੱਥੇ ਉੱਥੇ ਕਚਰੇ ਨੂੰ ਇੱਕ ਸਿਰ ਤੇ ਕਰ ਲੈਂਦੇ ਔਰ ਸਭ ਤੋਂ ਵੱਡੀ ਗੱਲ ਪਹਿਲੀ ਸਰਕਾਰੀ ਇਹਨਾਂ ਨੇ ਕਾਂਗਰਸ ਦੇ ਸਿਰ ਤੇ ਬਣਾਈ ਸੀਗੀ ਸੋ ਇਹ ਅੱਪਾ ਕਹਿੰਦੇ ਨੇ ਕਿ ਦੋ ਮੂਹਾਂ ਸੱਪ ਆਪਾਂ ਪਿੰਡਾਂ 'ਚ ਦੇਖਦੇ ਆਂ ਨਾ ਤੇ ਇਹ ਦੋ ਮੂਹੇ ਲੋਕ ਨੇ ਇਹਨਾਂ ਦਾ ਇੱਕ ਮੂਹੇ ਤੇ ਕੁਝ ਹੋਰ ਕੱਢਦੇ ਹੁੰਦੇ ਦੂਜੇ ਮੂਹੇ ਤੇ ਕੁਝ ਹੋਰ ਕੱਢਦੇ ਆਂ ਸੋ ਇਸ ਕਰਕੇ ਇਹਨਾਂ ਦਾ ਯਕੀਨ ਕਰਨ ਦੀ ਲੋੜ ਨਹੀਂ ਬਾਕੀ ਮੈਂ ਫੇਰ ਇੱਕ ਵਾਰ ਹਦਾਇਤ ਦਊਂਗਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਜੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ ਪੰਜਾਬ ਨੂੰ ਹਿੰਦੂ ਸਿੱਖ ਚ ਪਾੜਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਦੇਖ ਲਿਆ ਮੋਦੀ ਸਾਹਿਬ ਦਾ ਕੀ ਹਾਲ ਕੀਤਾ 1 ਸਾਲ 'ਚ ਲੋਕਾਂ ਨੇ ਤੁਸੀਂ ਦੇਖ ਲਿਆ ਕੀ ਹਾਲ ਹੋਇਆ ਭਾਜੀਪੀ ਦੇ ਐਮਐਲਏਆਂ ਦਾ ਪੰਜਾਬ 'ਚ ਹਰਿਆਣੇ 'ਚ ਤਾਂ ਇਹ ਬਾਗੀ ਪੰਜਾਬ ਹੈ ਇਹ ਜਦ ਤੱਕ ਛੇੜੋਗੇ ਨਹੀਂ ਤੁਹਾਡੇ ਆਪਣੇ ਐ ਜਿੱਦਣ ਛਿੜਗੇ ਤੁਹਾਨੂੰ ਦਿੱਲੀ ਤੱਕ ਛੱਡ ਕੇ ਆਣਗੇ ਬਹੁਤ ਬਤਨਾਂ ਨਾਲ ਗੱਲਬਾਤ ਕਰਨ ਦੇ ਲਈ ਬਿਲਕੁਲ ਗੱਲ ਠੀਕ ਹੈ ਇਹ ਵਾਲੀਆ ਸਾਹਿਬ ਨੇ ਕਿ ਇਹ ਪੰਜਾਬੀ ਨਹੀਂ ਤੇ ਪੰਜਾਬੀਆਂ ਨੂੰ ਇੱਕ ਸਵਾਲ ਮੇਰੇ ਵੱਲੋਂ ਹਾਲਾਂਕਿ ਪੁੱਛਣਾ ਤਾਂ ਨਹੀਂ ਬੰਦਾ ਲੇਕਿਨ ਫਿਰ ਵੀ ਕੀ ਸਾਨੂੰ ਯਾਨੀ ਪੰਜਾਬੀਆਂ ਨੂੰ ਕੋਈ ਵੀ ਬੰਦਾ ਦੇਸ਼ ਭਗਤੀ ਸਿਖਾ ਸਕਦਾ ਹੈ ਜਿਵੇਂ ਵਾਲੀਆ ਸਾਹਿਬ ਨੇ ਵੀ ਕਿਹਾ ਸਾਡਾ ਕੋਈ ਵੀਰ ਸਾਡਾ ਕੋਈ ਬਜ਼ੁਰਗ ਤਕਰੀਬਨ ਹਰ ਮਹੀਨੇ ਸਰਹੱਦਾਂ ਤੋਂ ਤਿਰੰਗੇ ਦੇ ਵਿੱਚ ਲਿਪਟ ਕੇ ਆਪਣੇ ਘਰ ਪਹੁੰਚਦਾ ਹੈ ਤਾਬੂਤ ਦੇ ਵਿੱਚ ਬੰਦ ਹੋ ਕੇ ਕੀ ਅਜਿਹੇ ਪੰਜਾਬੀਆਂ ਨੂੰ ਤਿਰੰਗੇ ਦਾ ਮਹੱਤਵ ਸਿਖਾਇਆ ਜਾਵੇਗਾ ਜੋ ਸਰਹੱਦਾਂ ਤੇ ਖੜੇ ਨਹੀਂ ਚਾਹੇ ਚਾਈਨਾ ਦੀ ਗੱਲ ਹੋਵੇ ਚਾਹੇ ਪਾਕਿਸਤਾਨ ਦੀ ਗੱਲ ਹੋਵੇ ਜਾਨ ਦੀ ਪਰਵਾਹ ਨਾ ਕਰਕੇ ਕਿ ਉਹਨਾਂ ਨੂੰ ਤਿਰੰਗੇ ਦਾ ਮਹੱਤਵ ਸਿਖਾਇਆ ਜਾਵੇਗਾ ਬੜਾ ਵੱਡਾ ਸਵਾਲ ਹੈ ਤੇ ਮੇਰੇ ਖਿਆਲ ਜਵਾਬ ਇਸ ਦਾ ਹਰ ਇੱਕ ਪੰਜਾਬੀ ਜਾਣਦਾ ਹੈ ਤੇ ਪੰਜਾਬੀਆਂ ਨੂੰ ਇਹ ਵੀ ਪਤਾ ਹੈ ਕਿ तिरंगा यात्रा नकार ਕੱਢ ਕੇ ਜੋ ਲੋਕਾਂ ਦੇ ਵਿੱਚ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਿਹੇ ਸੁਨੇਹੇ ਦਾ ਜਵਾਬ ਦੇਣਾ ਕਿਵੇਂ ਹੈ ਤੇ ਕਦੋਂ ਦੇਣਾ ਹੈ ਕੈਮਰਾ ਪਰਸਨ ਮਨੋਜ ਦੇ ਨਾਲ ठाकुर ਰਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ